ਸਿਆਣੇ ਵੀਰੇ ਹੈਲੋ ਬਾਈ, ਸਿਆਣੇ ਬਿਆਣੇ ਹੋ ਸਾਰੇ ਯਾਰ, ਪਲੀਜ਼ ਯਾਰ, ਗੁਰੂ ਘਰ ਕਿਉਂ ਨਾ ਹੁੰਦਾ, ਕੋਈ ਮੱਥਾ ਟੇਕਣ ਆਉਣਾ ਹੁੰਦਾ ਵੀਰੇ? ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਇਹਨਾਂ ਦਿਨਾਂ ਵਿੱਚ ਕਾਫੀ ਵਾਇਰਲ ਹੋ ਰਿਹਾ ਹੈ। ਉਸਦੇ ਕਈ ਅਜਿਹੇ ਗੀਤ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਕਾਫੀ ਕ੍ਰਿਟੀਸਾਈਜ਼ ਕੀਤਾ ਗਿਆ, ਔਰ ਸਿੱਧੂ ਸਾਹਿਬ ਆਪਣੇ ਆਪ ਵਿੱਚ ਲੇਖਕ ਵੀ ਮੰਨਦੇ ਨੇ ਆਪਣੇ ਆਪ ਨੂੰ, ਔਰ ਗਾਇਕ ਵੀ ਮੰਨਦੇ ਨੇ। ਕੱਲ੍ਹ ਜਦੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਪਣੇ ਪੂਰੇ ਪਰਿਵਾਰ ਦੇ ਨਾਲ ਮੱਥਾ ਟੇਕਣ ਗਏ ਤੇ ਪੱਤਰਕਾਰਾਂ ਨੇ ਅਲੱਗ ਅਲੱਗ ਪ੍ਰਸ਼ਨ ਉਹਨਾਂ ਤੋਂ ਪੁੱਛੇ ਨੇ, ਲੇਕਿਨ ਸਿੱਧੂ ਮੂਸੇਵਾਲਾ ਭੜਕ ਗਿਆ। ਪਹਿਲਾਂ ਵੇਖੋ ਸਿੱਧੂ ਮੂਸੇਵਾਲਾ ਕਿਵੇਂ ਹੋਇਆ ਆਪੇ ਚੋਂ ਬਾਹਰ। ਸਿਆਣੇ ਵੀਰੇ ਹੈਲੋ ਬਾਈ, ਸਿਆਣੇ ਬਿਆਣੇ ਹੋ ਸਾਰੇ ਯਾਰ, ਪਲੀਜ਼ ਯਾਰ, ਗੁਰੂ ਘਰ ਕਿਉਂ ਨਾ ਹੁੰਦਾ, ਕੋਈ ਮੱਥਾ ਟੇਕਣ ਆਉਂਦਾ ਹੁੰਦਾ ਵੀਰੇ? ਮਾੜਾ ਮੋਟਾ ਯਾਰ, ਤੁਸੀਂ ਮੀਡੀਆ ਚੱਲਦਾ ਪਿਆ। ਔਰ ਇਸੇ ਧੱਕਾ ਮੁੱਕੀ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਵੀ ਚੋਟ ਲੱਗੀ ਹੈ, ਔਰ ਉਸ ਨੇ ਆਪਣਾ ਪੂਰਾ ਬਿਆਨ ਦਿੱਤਾ ਹੈ, ਔਰ ਬਿਆਨ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਉਸਨੇ ਪੋਲ ਖੋਲ੍ਹ ਦਿੱਤੀ ਹੈ ਕਿ ਕਿਸ ਤਰ੍ਹਾਂ ਬਾਉਂਸਰਾਂ ਨੇ ਉਸਦੇ ਨਾਲ ਧੱਕੇਸ਼ਾਹੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਮੰਗ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਾਫੀ ਦੇਰ ਤੋਂ ਮੈਂ ਕੰਮ ਕਰ ਰਿਹਾ ਚੈਨਲ ਦੇ ਵਿੱਚ, ਕਾਫੀ ਪਹਿਲੇ ਵੀ ਚੈਨਲ ਕੀਤੇ, 10-12 ਸਾਲ ਹੋ ਗਏ ਮੈਨੂੰ ਮੀਡੀਆ 'ਤੇ। ਸਾਡਾ ਜਿਹੜਾ ਕੰਮ ਵਾ ਕਿ ਜਿਹੜਾ ਵੀ ਕੋਈ ਸੈਲੀਬ੍ਰਿਟੀ ਆਉਂਦਾ ਉਹਦੀ ਸਾਡੀ ਇੰਟਰਵਿਊ ਆਪਾਂ ਕਰਨੀ ਹੁੰਦੀ ਆ, ਜਿਹੜਾ ਸਾਡਾ ਕੰਮ ਸਾਨੂੰ ਚੈਨਲ ਨੇ ਲਾਇਆ ਕਿਉਂਕਿ ਸਾਡਾ ਕੰਮ ਹੈ। ਅਤੇ ਅੱਜ ਵੀ ਅਸੀਂ ਰਾਜ ਮੰਤਰੀ ਜੀ ਆਏ ਸੀ, ਰਤਨ ਲਾਲ ਜੀ, ਆਪਾਂ ਉਹਨਾਂ ਦੀ ਇੰਟਰਵਿਊ ਕਰਨ ਵਾਸਤੇ ਇੱਥੇ ਪਹੁੰਚੇ ਸੀ, ਅਤੇ ਜਿੱਦਾਂ ਹੀ ਅਸੀਂ ਇੱਥੇ ਪਹੁੰਚੇ ਹਾਂ ਤਾਂ ਸਾਨੂੰ ਪਤਾ ਲੱਗਾ ਕਿ ਸਿੱਧੂ ਮੂਸੇਵਾਲਾ ਵੀ ਇੱਥੇ ਪਹੁੰਚਿਆ ਆ। ਅਤੇ ਜਦੋਂ ਸਿੱਧੂ ਮੂਸੇਵਾਲੇ ਸਾਨੂੰ ਪਤਾ ਲੱਗਾ ਤਾਂ ਆਪਾਂ ਚਾਹਿਆ ਵੀ ਚਲੋ ਇਹ ਵੀ ਖਬਰ ਹੋ ਜਾਏਗੀ, ਵਧੀਆ ਤਰੀਕੇ ਨਾਲ ਆਪਾਂ ਖਬਰ ਇਹ ਵੀ ਕਰਨੀ ਸ਼ੁਰੂ ਕਰ ਦਿੱਤੀ। ਸਿੱਧੂ ਮੂਸੇਵਾਲਾ ਅੰਦਰ ਗਿਆ, ਉਹ ਸ਼ੋਟ ਸ਼ੂਟ ਕਰ ਲਿੱਤੇ, ਪਰ ਜਿੱਦਾਂ ਸਿੱਧੂ ਮੂਸੇਵਾਲਾ ਬਾਹਰ ਆਇਆ ਅਤੇ ਜਿਹੜਾ ਸਾਡਾ ਕੰਮ ਆ ਇੰਟਰਵਿਊ ਕਰਨਾ, ਆਪਾਂ ਇੰਟਰਵਿਊ ਕਰਨ ਵਾਸਤੇ ਮਾਈਕ ਅੱਗੇ ਕੀਤਾ, ਅਤੇ ਇਹਨਾਂ ਦੇ ਬੌਂਸਰ ਜਿਹੜੇ ਹੈਗੇ ਉਹ ਧੱਕੇਸ਼ਾਹੀ ਕਰਨ ਲੱਗ ਪਏ ਅਤੇ ਗਾਲਾਂ ਕੱਢ ਲੱਗ ਪਏ, ਪਿੱਛੇ ਹੋਵੋ, ਆਪਾਂ ਕੋਈ ਖਬਰ ਕੋਈ ਨਹੀਂ ਕਰਾਉਣੀ। ਅਤੇ ਅਸੀਂ ਕਿਹਾ ਵੀ ਸਰ, ਸਾਰੀ ਮੀਡੀਆ ਵਾਲਿਆਂ ਨੂੰ ਧੱਕੇ ਧੁੱਕੇ ਮਾਰੇ ਉਹਨਾਂ ਨੇ, ਅਤੇ ਅਸੀਂ ਕਿਹਾ ਸਰ ਸਾਡਾ ਜਿਹੜਾ ਕੰਮ ਹੈਗਾ ਉਹ ਸਾਨੂੰ ਕਰਨ ਦਿਓ, ਆਪਾਂ ਤਾਂ ਬਾਈਟੀ ਲੈਣੀ, ਜੋ ਮਰਜ਼ੀ ਕਹਿ ਦਿਓ, ਸਾਡੇ ਚੈਨਲ ਨੇ ਸਾਡੀ ਡਿਊਟੀ ਲਾਈ ਹੁੰਦੀ ਆ, ਵੀ ਜੋ ਮਰਜ਼ੀ ਤੁਸੀਂ ਕਹਿ ਦਿਓ ਆਪਾਂ ਉਹੀ ਸਹੀ ਹੈ ਸਾਡੇ ਵਾਸਤੇ। ਅਤੇ ਕਹਿੰਦੇ ਨਹੀਂ ਜੀ, ਉਨੀ ਦੇਰ ਵਿੱਚ ਸਿੱਧੂ ਮੂਸੇਵਾਲੇ ਨੇ ਕਹਿਤਾ ਇਹਨਾਂ ਨੂੰ ਪਿੱਛੇ ਕਰੋ ਸਾਰਿਆਂ ਨੂੰ, ਉਹਨਾਂ ਵਿੱਚ ਉਹ ਧੱਕਾ ਮਾਰਨਾ ਸ਼ੁਰੂ ਕਰਤੇ ਉਹਨਾਂ ਨੇ ਸਾਨੂੰ, ਅਤੇ ਉਹਨਾਂ ਨੇ ਧੱਕਾ ਜ਼ੋਰ ਦੇ ਨਾਲ ਮਾਰਿਆ ਅਤੇ ਮੇਰਾ ਜ਼ਮੀਨ ਦੇ ਉੱਤੇ ਪੈਰ ਫਿਸਲ ਗਿਆ ਅਤੇ ਸਿੱਧਾ ਮੇਰਾ ਮੱਥਾ ਵੱਜਾ ਇੱਥੋਂ ਜ਼ਮੀਨ ਦੇ ਉੱਤੇ, ਭਰਵੱਟੇ ਅਤੇ ਅੱਖ ਦੇ ਵਿਚਕਾਰ ਸਿੱਧਾ ਇੱਥੇ ਵੱਜਾ, ਅਤੇ ਇੱਥੋਂ ਪਾਟ ਗਿਆ ਪੂਰਾ, ਹੋ ਸਕਦਾ ਅੱਖ ਵੀ ਨਿਕਲ ਸਕਦੀ ਸੀ ਕਿਉਂਕਿ ਉੱਥੇ ਸਰੀਏ ਗਾਡਰ ਗੋਡਰ ਪਏ ਸੀ ਜਿੱਥੇ ਮੈਂ ਡਿੱਗਾ ਏ। ਮੇਰੇ ਵੱਲੋਂ ਕੰਪਲੇਂਟ ਮੈਂ ਦੇ ਦਿੱਤੀ ਜੀ, ਜਿਹੜਾ ਥਾਣਾ ਇੱਥੇ ਪੈਂਦਾ ਵਾ ਉਹਨਾਂ ਨੂੰ ਕੰਪਲੇਂਟ ਦੇ ਦਿੱਤੀ ਆ, ਅਤੇ ਡਾਕ ਕੱਟੀ ਗਈ ਅਤੇ ਮੈਂ ਮੁਲਾਜ਼ਾ ਲੱਗਾ ਕਮਾਉਣ। ਕੰਪਲੇਂਟ ਕਿਹਦੇ ਨਾਮ ਤੇ ਦਿੱਤੀ? ਸੁਖਚੈਨ ਦੇ, ਮੇਰੇ ਉਹਦੇ ਮੈਂ ਦਿੱਤੀ ਆਪਣੇ ਵੱਲੋਂ, ਅਤੇ ਸਿੱਧੂ ਮੂਸੇਵਾਲੇ ਦੇ ਖਿਲਾਫ ਜਿਹੜੇ ਉਹਨਾਂ ਦੇ ਨਾਲ ਬੌਂਸਰ ਬੁੰਸਰ ਹੈਗੇ ਉਹਨਾਂ ਸਾਰਿਆਂ ਦੇ ਖਿਲਾਫ।